ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਫ੍ਰੀ ਮੈਡੀਕਲ ਚੈੱਕਅਪ ਕੈਂਪ ਅੱਜ ਗੁਰਾਇਆ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ ਅਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਵੱਲੋਂ ਆਕਸਫੋਰਡ ਹਸਪਤਾਲ ਦੇ ਸਹਿਯੋਗ ਨਾਲ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਕਰਵਾਇਆ ਗਿਆ ਅਤੇ ਇਹ ਕੈਂਪ ਸ਼ਹੀਦਾਂ ਸਿੰਘਾਂ ਜੈ ਹਿੰਦ ਕਲੋਨੀ ਗੁਰਾਇਆ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਮੱਖਣ ਸਿੰਘ ਘਟੋੜਾ ਨੇ ਕਿਹਾ ਕਿ ਕੈਂਪ ਦੇ ਵਿੱਚ ਲੰਡਨ ਤੋਂ ਆਏ ਡਾਕਟਰ ਗੁਰਵੀਰ ਸਿੰਘ ਗਿੱਲ ਨੇ ਲਗਭਗ 300 ਮਰੀਜ਼ਾਂ ਦੀ ਜਾਂਚ ਕੀਤੀ ਅਤੇ ECG, ਸ਼ੂਗਰ, ਬਲੱਡ ਪ੍ਰੈਸ਼ਰ ਟੈਸਟ ਕੀਤੇ ਗਏ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਚੈੱਕਅਪ ਕੀਤਾ ਗਿਆ ਅਤੇ ਇਸ ਮੌਕੇ ਸ਼ਹਿਰ ਵਾਸੀਆਂ ਨੇ ਕੈਂਪ ਦਾ ਲਾਭ ਉਠਾਇਆ। ਇਸ ਮੌਕੇ ਡਾਕਟਰ ਗੁਰਵੀਰ ਸਿੰਘ ਗਿੱਲ, ਅਮਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਦਲਵੀਰ ਸਿੰਘ, ਰਾਜਗੁਰਪੁਰੀ, ਅਮਿਤ, ਕੁਲਵਿੰਦਰ ਕੌਰ, ਕੰਚਨ, ਸੰਦੀਪ ਕੌਰ, ਕ੍ਰਿਸ਼ਨ, ਗੁਰਪ੍ਰੀਤ ਕੌਰ, ਕਰਨ, ਜੈਸਿਕਾ, ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਨਾਲ ਗੁਰਦੁਆਰਾ ਸ਼ਹੀਦ ਸਿੰਘਾਂ ਗੁਰਾਇਆ ਵਿਖੇ ਕੈਂਪ ਲਾਇਆ ਆਕਸਫੋਰਡ ਹੋਸਪਿਟਲ ਦੇ ਸਹਿਯੋਗ ਦੇ ਨਾਲ। ਅਤੇ ਮੈਂ ਡਾਕਟਰ ਗੁਰਵੀਰ ਸਿੰਘ ਲੰਡਨ ਤੋਂ ਹਾਰਟ ਅਤੇ ਸ਼ੂਗਰ ਦਾ ਮਾਹਰ ਐਂਡ ਸਾਡੀ ਸਾਰੀ ਟੀਮ ਅੱਜ ਇੱਥੇ ਆਈ ਆ। ਸਾਨੂੰ ਬਹੁਤ ਹੀ ਅੱਛਾ ਇੱਥੇ ਪ੍ਰੋਗਰਾਮ ਇਹਨਾਂ ਨੇ ਕੀਤਾ। ਮੇਰੇ ਹਿਸਾਬ ਨਾਲ 300 ਤੋਂ ਵੱਧ ਪੇਸ਼ੈਂਟ ਅਸੀਂ ਹੁਣ ਤੱਕ ਦੇਖ ਚੁੱਕੇ ਹਾਂ ਅਤੇ ਹੋਰ ਵੀ ਅਸੀਂ ਇਹਨਾਂ ਨੂੰ ਕਹਿ ਕੇ ਜਾ ਰਹੇ ਹਾਂ ਕਿ ਜਿਹੜਾ ਕੋਈ ਪੇਸ਼ੈਂਟ ਅੱਜ ਨਹੀਂ ਪਹੁੰਚ ਸਕਿਆ ਉਹ ਸਾਨੂੰ ਜਿੱਦਣ ਮਰਜ਼ੀ ਆ ਕੇ ਆਕਸਫੋਰਡ ਹੋਸਪਿਟਲ ਦਿਖਾ ਚੁੱਕ ਸਕਦਾ। ਇਸ ਕੈਂਪ ਦੇ ਵਿੱਚ ਸਾਡਾ ਸਹਿਯੋਗ ਸਰਦਾਰ ਮੱਖਣ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਕਮਲਜੀਤ ਸਿੰਘ ਜੀ, ਸਰਤਾਜ ਸਿੰਘ ਜੀ, ਚਰਨਜੀਤ ਸਿੰਘ ਜੀ, ਦਲਵੀਰ ਸਿੰਘ ਜੀ, ਇਹਨਾਂ ਸਾਰੇ ਲੋਕਾਂ ਨੇ ਅਤੇ ਨਾਲ ਹੀ ਪੰਜਾਂ ਤਖਤਾਂ ਤੋਂ ਮਾਨਤਾ ਪ੍ਰਾਪਤ ਸਰਦਾਰ ਸੁਰਿੰਦਰ ਸਿੰਘ ਜੀ ਰਮਤਾ ਸਾਹਿਬ ਨੇ, ਉਹਨਾਂ ਨੇ ਸਾਡੇ ਇੱਥੇ ਪੂਰਾ ਸਹਿਯੋਗ ਦਿੱਤਾ। ਔਰ ਮੈਂ ਅੱਗੇ ਤੋਂ ਵੀ ਸਾਰੀ ਸੁਸਾਇਟੀ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਬੰਦਾ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋਵੇ, ਸ਼ੂਗਰ ਦੀ ਪ੍ਰੋਬਲਮ ਹੋਵੇ, ਬ੍ਰੇਨ ਦੀ ਪ੍ਰੋਬਲਮ ਹੋਵੇ, ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਹਾਰਟ ਦਾ ਕੋਈ ਡਾਕਟਰ ਕਹੇ, ਉਹ ਤੋਂ ਬਚਣ ਲਈ ਸਾਡੇ ਕੋਲ ਜ਼ਰੂਰ ਭੇਜੋ। ਅਸੀਂ ਜਿੱਦਾਂ ਹਰ ਸਾਰੇ ਲੋਕਾਂ ਦੀ ਸੇਵਾ ਕਰਦੇ ਹਾਂ, ਇੱਦਾਂ ਹੀ ਸੇਵਾ ਭਾਵਨਾ ਦੇ ਨਾਲ ਸਟੰਟ ਤੋਂ, ਆਪਰੇਸ਼ਨ ਤੋਂ, ਕਿਸੇ ਵੀ ਚੀਰ ਫਾੜ ਤੋਂ ਬਚਾਉਂਦੇ ਹਾਂ। ਅਤੇ ਜਿੱਦਾਂ ਇਹ ਸੇਵਾ ਕਰ ਰਹੇ ਹਾਂ, ਇੱਦਾਂ ਹੀ ਅਸੀਂ ਆਪਣੇ ਹੋਸਪਿਟਲ ਦੇ ਵਿੱਚ ਸਾਰੇ ਪੇਸ਼ੈਂਟਾਂ ਦੀ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਵੱਲੋਂ ਗੁਰਦੁਆਰਾ ਸ਼ਹੀਦ ਸਿੰਘਾਂ ਗੁਰਾਇਆ ਵਿਖੇ ਫ੍ਰੀ ਮੈਡੀਕਲ ਕੈਂਪ ਕਰਵਾਇਆ ਗਿਆ, ਜਿਸ ਵਿੱਚ ਡਾਕਟਰ ਆਕਸਫੋਰਡ ਤੋਂ, ਇੰਗਲੈਂਡ ਤੋਂ ਆਏ ਹੋਏ ਗੁਰਜੀਤ ਸਿੰਘ ਜੀ ਗਿੱਲ, ਜਿਨ੍ਹਾਂ ਨੇ ਆਪਣਾ ਟਾਈਮ ਦੇ ਕੇ ਇੱਥੇ ਮਰੀਜ਼ਾਂ ਨੂੰ ਆਪਣਾ ਚੈੱਕਅਪ ਕੀਤਾ, ਜਿਹਦੇ ਵਿੱਚ ECG, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਵੀ ਟੈਸਟ ਜੋ ਲੋੜਵੰਦ ਸੀ ਉਹਨਾਂ ਨੇ ਕਰਵਾਏ। ਤਕਰੀਬਨ 125 ਮਰੀਜ਼ ਆਪਣਾ ਚੈੱਕ ਕਰਾ ਚੁੱਕੇ ਆ ਅਤੇ ਫ੍ਰੀ ਦਵਾਈਆਂ ਲੈ ਚੁੱਕੇ ਆ। ਅਸੀਂ ਧੰਨਵਾਦ ਕਰਦੇ ਹਾਂ ਆਕਸਫੋਰਡ ਹਸਪਤਾਲ ਅਤੇ ਡਾਕਟਰ ਸਾਹਿਬ ਦਾ, ਉਹਨਾਂ ਦੀ ਪੂਰੀ ਸਮੁੱਚੀ ਟੀਮ ਦਾ, ਰਾਮਤਾ ਸਾਹਿਬ ਦਾ ਅਤੇ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਸੁਸਾਇਟੀ ਜਿਨ੍ਹਾਂ ਦੇ ਮੈਂਬਰ ਅਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਦਾ ਪੂਰਾ ਧੰਨਵਾਦ ਕਰਦੇ ਹਾਂ। ਅਤੇ ਆਏ ਹੋਏ ਜੋ ਵੀ ਮਰੀਜ਼ ਆ ਉਹਨਾਂ ਦਾ ਵੀ ਇੱਥੇ ਆਉਣ 'ਤੇ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਇੱਥੇ ਇਸ ਗੁਰਦੁਆਰੇ ਆ ਕੇ ਆਪਣਾ ਟੈਸਟ ਕਰਾਏ ਅਤੇ ਜੋ ਵੀ
ਟੋਟਲ ਸਾਰ ਦਵਾਈਆਂ ਲਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।